ਹਾਂਜੀ ਸਤਿ ਸ਼੍ਰੀ ਅਕਾਲ ਜੀ ਚੈਨਲ ਟੂਡੇ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਲੈ ਕੇ ਹਾਂ ਜਰੋਂ ਜੀ ਪੰਜਾਬ ਸੂਬੇ ਦੀਆਂ ਦੁਪਹਿਰ ਵੇਲੇ ਦੀਆਂ ਵੱਡੀਆਂ ਖਬਰਾਂ ਦਾ ਸਪੈਸ਼ਲ ਬੁਲੇਟਨ ਆ ਤੇ ਦੋਸਤੋ ਪਹਿਲਾਂ ਪਛਾਤ ਮਾਰਦੇ ਅੱਜ ਦੀਆਂ ਚੋਲੀਆਂ ਖਬਰਾਂ ਤੇ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਸਰੋਤੇ ਵੀਰਾਂ ਨੂੰ ਰਿਕਵੈਸਟ ਹੈ ਜਿਨ੍ਹਾਂ ਨੇ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਨਾਲ ਹੀ ਤੁਮ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦੇਣਾ ਸੋ ਜੀ ਹੁਣ ਪਹਿਲੀ 42 ਖਬਰ ਆ ਰਹੀ ਹੈ ਪੰਜਾਬ 'ਚ ਸ਼ੁੱਕਰਵਾਰ ਨੂੰ 39 ਕੇਸ ਆਏ ਸਾਹਮਣੇ ਐਕਟਿਵ ਮਰੀਜ਼ਾਂ ਦੀ ਗਿਣਤੀ ਫਿਰ 200 ਤੋਂ ਟੱਪੀ ਹੁਣ 11 ਅੰਕਾਂ ਦਾ ਹੋਵੇਗਾ ਤੁਹਾਡਾ ਮੋਬਾਈਲ ਨੰਬਰ ਜਾਣੋ ਪੂਰੀ ਜਾਣਕਾਰੀ ਪੰਜਾਬ ਸਰਕਾਰ ਦਾ ਕਿਸਾਨਾਂ ਲਈ ਵੱਡਾ ਐਲਾਨ ਖੇਤੀ ਬਿਜਲੀ ਸਪਲਾਈ ਤੇ ਹੁਣ ਲਿਆ ਇਹ ਫੈਸਲਾ ਹੁਣ 4 ਮਹੀਨਾਵਾਰ ਕਿਸ਼ਤਾਂ 'ਚ ਵੀ ਬਿੱਲ ਭਰ ਸਕਣਗੇ ਖਪਤਕਾਰ ਤਸ ਤੋਂ ਬਾਅਦ ਜੁੱਤੀਆਂ ਦੇ ਡੱਬੇ ਅਤੇ ਬੈਗਾਂ ਵਿੱਚੋਂ 1 ਮਿਲੀਅਨ ਪੌਂਡ ਦੀ ਰਾਸ਼ੀ ਪੁਲਿਸ ਨੇ ਕੀਤੀ ਬਰਾਮਦ 락ਡਾਊਨ ਚਾਰ ਖਤਮ ਹੋਣ ਤੋਂ ਪਹਿਲਾਂ ਮੋਦੀ ਮਿਲੇ ਸ਼ਾ ਕਿਹਾ ਜ਼ਿਆਦਾਤਰ ਮੁੱਖ ਮੰਤਰੀ 락ਡਾਊਨ ਵੱਡਾਉਣ ਦੇ ਹੱਕ ਚ ਮੋਦੀ ਸਰਕਾਰ ਦੋ ਦਾ ਇੱਕ ਸਾਲ ਪੂਰਾ ਪ੍ਰਧਾਨ ਮੰਤਰੀ ਨੇ ਗਿਨਵਾਈਆਂ ਪ੍ਰਾਪਤੀਆਂ ਹੁਣ ਮੁਲਾਜ਼ਮਾਂ ਨੂੰ ਜੇਲ੍ਹ ਭੇਜਣ ਤੋਂ ਪਹਿਲਾਂ ਹੋਵੇਗਾ ਕਰੋਨਾ ਟੈਸਟ ਕਰੋਨਾ ਨੂੰ ਫੈਲਣ ਤੋਂ ਰੋਕਣ ਲਈ ਘਰੇਲੂ ਉਡਾਨਾਂ ਦੀ ਗਿਣਤੀ ਘਟਾਉਣ ਦੀ ਲੋੜ ਨਿਊਜ਼ੀਲੈਂਡ ਦੇ ਕਰੋਨਾ ਇਨਫੈਕਟਿਡ ਆਖਰੀ ਮਰੀਜ਼ ਨੂੰ ਦਿੱਲੀ ਤੋਂ ਮਿਲਿ ਦਿੱਤੀ ਹਸਪਤਾਲ ਤੋਂ ਛੁੱਟੀ ਪੀਐਮ ਦੀ ਹੋ ਰਹੀ ਹੈ ਤਾਰੀਫ ਅਮਰੀਕਾ ਨੇ ਸੁਰੱਖਿਆ ਦੇ ਲਿਹਾਜ਼ ਨਾਲ ਚੀਨੀ ਨਾਗਰਿਕਾਂ ਦੀ ਐਂਟਰੀ ਕੀਤੀ ਬੰਦ ਹਾਂਗਕਾਂਗ ਨੂੰ ਦੇਵੇਗਾ ਛੋਟ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਸੰਗੀ ਕੇਂਦਰ ਹਸਪਤਾਲ ਦੇਣ ਦੀ ਤਿਆਰੀ ਮਾਨ ਦੁਨੀਆ 'ਚ ਕਰੋਨਾ ਮਰੀਜ਼ਾਂ ਦਾ ਆਂਕੜਾ 60 ਲੱਖ ਦੇ ਕਰੀਬ ਪੁੱਜਾ 3.45 ਲੱਖ ਮੌਤਾਂ ਸੂਬੇ 'ਚ ਕਰੋਨਾ ਨਾਲ ਹੋਈ ਤਿਆ 43ਵੀਂ ਮੌਤ ਲੁਧਿਆਣਾ ਦੇ ਮਰੀਜ਼ ਦੇ ਦੇਹਾਨਾ ਹਸਪਤਾਲ ਵਿਚ ਲੈ ਆਖਰੀ ਸਾਹ ਤੇ ਅੱਜ ਅਸੀਂ ਆਪਣੀ ਅੱਜ ਦੀ ਚੋਲਵੀਆਂ ਖਬਰਾਂ ਤੋਂ ਆਪਾਂ ਗੱਲ ਕਰਾਂਗੇ ਅੱਜ ਦੀਆਂ ਵੱਡੀਆਂ ਖਬਰਾਂ ਦੀ ਪਹਿਲੀ ਵੱਡੀ ਖਬਰ ਆ ਰਹੀ ਹੈ ਪੰਜਾਬ 'ਚ ਸ਼ੁੱਕਰਵਾਰ ਨੂੰ 39 ਕੇਸ ਆਏ ਸਾਹਮਣੇ ਐਕਟਿਵ ਮਰੀਜ਼ਾਂ ਦੀ ਗਿਣਤੀ ਫਿਰ 200 ਤੋਂ ਟੱਪੀ ਪੰਜਾਬ 'ਚ ਸ਼ੁੱਕਰਵਾਰ ਨੂੰ ਕਰੋਨਾ ਦੇ ਕੇਸ 39 ਕੇਸ ਸਾਹਮਣੇ ਆਏ ਹਨ ਜਿਸ ਕਾਰਨ ਐਕਟਿਵ ਮਰੀਜ਼ਾਂ ਦੀ ਗਿਣਤੀ ਫਿਰ 200 ਤੋਂ ਟੱਪ ਗਈ ਹੈ ਤੇ ਹੁਣ ਸੂਬੇ 'ਚ 206 ਐਕਟਿਵ ਮਰੀਜ਼ ਹਨ ਜੇ ਤੋ ਕਿ ਸਵੇਰ ਚ ਕੁੱਲ ਮਰੀਜ਼ਾਂ ਦੀ ਗਿਣਤੀ 297 ਹੋ ਗਈ ਹੈ ਤਾਂ ਉਸ ਤੋਂ ਮਗਰੋਂ ਜੋ ਅਗਲੀ ਵੱਡੀ ਖਬਰ ਆ ਰਹੀ ਆ ਹੁਣ 11 ਅੰਕਾਂ ਦਾ ਹੋਵੇਗਾ ਤੁਹਾਡਾ ਮੋਬਾਈਲ ਨੰਬਰ ਜਾਨਪੂਰੀ ਜਾਣਕਾਰੀ ਇਸ ਸਮੇਂ ਸਾਡਾ ਮੋਬਾਈਲ ਨੰਬਰ 10 ਅੰਕਾਂ ਦਾ ਹੈ ਪਰ ਹੁਣ ਇਹ 11 ਅੰਕਾਂ ਦਾ ਹੋ ਸਕਦਾ ਹੈ ਟੈਲੀਕਮ ਰੈਗੂਲੇਟਰੀ ਆਫ ਇੰਡੀਆ ਨੇ ਸ਼ੁੱਕਰਵਾਰ ਨੂੰ ਦੇਸ਼ ਵਿੱਚ 11 ਨੰਬਰਾਂ ਦਾ ਮੋਬਾਈਲ ਦੀ ਵਰਤੋਂ ਕਰਨ ਦਾ ਪ੍ਰਸਤਾਵ ਜਾਰੀ ਕੀਤਾ ਹੈ ਟਰਾਈ ਦੇ ਅਨੁਸਾਰ ਦੇਸ਼ ਵਿੱਚ 10 ਅੰਕਾਂ ਵਾਲੇ ਮੋਬਾਈਲ ਨੰਬਰ ਨੂੰ ਜੇ ਅਰੰਕਾ ਮੈ mobile ਨੰਬਰ ਦਿੱਤਾ ਨਾਲ ਵਧੇਰੇ ਨੰਬਰ ਪ੍ਰਦਾਨ ਕੀਤੇ ਜਾ ਸਕਦੇ ਹਨ ਪੰਜਾਬ ਸਰਕਾਰ ਦਾ ਇੱਕ ਸਥਾਨਾ ਲਈ ਵੱਡਾ ਐਲਾਨ ਖੇਤੀ ਬਿਜਲੀ ਸਪਲਾਈ ਦੇ ਲਿਆ ਹੁਣ ਇਹ ਫੈਸਲਾ ਪੰਜਾਬ ਚ ਖੇਤੀਬਾੜੀ ਮੋਟਰਾਂ ਨਾਲ ਸੰਬੰਧਿਤ ਮੁਫਤ ਬਿਜਲੀ ਸਪਲਾਈ ਜਾਰੀ ਕਰੀ ਜਾਰੀ ਰਹੇਗੀ ਇਹ ਐਲਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਨਿੰਦਰ ਸਿੰਘ ਨੇ ਕੀਤਾ ਹੈ ਕੈਪਟਨ ਨੇ ਸ਼ੁੱਕਰਵਾਰ ਨੂੰ ਕਿਸਾਨਾਂ ਨੂੰ ਮੁਖਾਤਬ ਹੁੰਦੇ ਆਖਿਆ ਕਿ ਪੰਜਾਬ ਚ ਖੇਤੀ ਮੋਟਰਾਂ ਲਈ ਮੁਫਤ ਬਿਜਲੀ ਸਪਲਾਈ ਕਿਸੇ ਕੀਮਤ ਦੇ ਬੰਦ ਨਹੀਂ ਕੀਤੀ ਜਾਵੇਗੀ ਕੈਪਟਨ ਨੇ ਕਿਸਾਨਾਂ ਨੂੰ ਰਾਤ ਦੇ ਦਿੰਦਿਆ ਕਿਹਾ ਕਿ ਉਹ ਜਿਹਾ ਕਰਨ ਪਰ ਕਦੇ ਵੀ ਸੋਚ ਨਹੀਂ ਸਕਦੇ ਤਾਂ ਉਸ ਤੋਂ ਮਗਰ ਹੁਣ 4 ਮਹੀਨਾਵਾਰ ਕਿਸ਼ਤਾਂ 'ਚ ਵੀ ਬੈਲ ਪਰ ਸਕਣਗੇ ਖਫਤਕਾਰ ਕੈਪਟਨ ਅਮਨਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਨੂੰ ਘਟਾਉਣ ਲਈ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੇ ਰਾਜ ਦੇ ਬਿਜਲੀ ਖਫਤਕਾਰਾਂ ਨੂੰ ਵਧੇਰੇ ਰਾਹਤ ਦਿੱਤੀ ਹੈ ਪਾਵਰ ਕਾਮ ਦੇ ਬੁਲਾਰੇ ਨੇ ਖਲਾਸਾ ਕੀਤਾ ਹੈ ਕਿ ਘਰੇਲੂ ਅਤੇ ਵਪਾਰਕ ਖਪਤਕਾਰ ਜਿਨ੍ਹਾਂ ਦੇ ਮੌਜੂਦਾ ਮਹੀਨਾਵਾਰ ਦੋਮਾਹੀ ਬਿੱਲਾਂ ਦੀ ਰਕਮ 10000 ਰੁਪਏ ਤੱਕ ਹੈ ਅਤੇ ਸਾਰੇ ਉਦਯੋਗਿਕ ਖਪਤਕਾਰ ਜਿਨ੍ਹਾਂ ਦੀ ਬਿੱਲ ਭਰਨ ਦੀ ਮਿਤੀ 2020 ਤੋਂ ਮਈ 2020 ਦੇ ਆਖਰੀ ਤੱਕ ਦਾ ਇਹ ਦਾ ਭੁਗਤਾਨ ਹੁਣ ਲੇਟ ਪੇਮੈਂਟ ਚਾਰਜ ਦੀ ਅਦਾਇਗੀ ਤੋਂ ਬਿਨਾ ਮਿਤੀ 1/6/2020 ਤੱਕ ਕੀਤਾ ਜਾ ਸਕਦਾ ਹੈ ਬੁਲਾਰੇ ਨੇ ਕਿਹਾ ਕਿ ਘਰੇਲੂ ਵਪਾਰਿਕ ਅਤੇ ਉਦਯੋਗਿਕ ਸ਼੍ਰੇਣੀਆਂ ਦੇ ਜਿਹੜੇ ਖਪਤਕਾਰ ਆਪਣੇ ਬੈਲੈਕ 62020 ਤੱਕ ਜਮ੍ਹਾਂ ਕਰਵਾ ਸਕਦੇ ਹਨ ਉਹ ਇਹ ਬੈਲ 4 ਮਹੀਨਾਵਾਰ ਕਿਸ਼ਤਾਂ ਵਿੱਚ ਵੀ ਭਰ ਸਕਦੇ ਹਨ ਜੁੱਤਿਆਂ ਦੇ ਡੱਬੇ 'ਚ ਬੈਗਾਂ ਤੇ ਵਿੱਚੋਂ ਮਿਲੇ 1 ਮਿਲੀਅਨ ਪਾਉਂਡ ਦੀ ਰਕਮ پولیس ਨੇ ਕੀਤੀ ਬਰਾਮਦ ਇਹ ਖਬਰ ਆ ਰਹੀ ਜੀ ਇੰਗਲੈਂਡ ਪੁਲਿਸ ਨੇ ਹਰਿੰਗੀ ਦੇ ਇੱਕ ਕਾਰ ਵਿੱਚ ਛਾਪੇ ਮਾਰ ਕੇ ਜੁੱਤਿਆਂ ਦੇ ਬਕਸੇ ਵਿੱਚੋਂ ਬੈਗਾਂ ਵਿੱਚੋਂ ਰੱਖੇ ਲਗਭਗ 1 ਮਿਲੀਅਨ ਪਾਉਂਡ ਦੀ ਨਕਦੀ ਜ਼ਬਤ ਕੀਤੀ ਐ ਇਸ ਛਾਪੇ ਤੋਂ ਪਹਿਲਾਂ ਪੁਲਿਸ ਅਧਿਕਾਰੀਆਂ ਨੇ ਮੰਗਲਵਾਰ ਨੂੰ ਸ਼ਾਮ ਨੂੰ ਕਲੋਨੀ ਹੈਚ 'ਚ ਲੈਂਡ ਦੇ ਇੱਕ ਕਾਰਪਰਕ ਵਿੱਚ 31 ਸਾਲਾ ਛੱਕੇ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਐਸ ਸੁਦਰਾਨੋਸ ਕੋਲੋਂ 212000 ਪਾਉਂਡ ਦੀ ਨਕਦ ਰਕਮ ਪ੍ਰਾਪਤ ਕੀਤੀ ਗਈ ਦੋਸਤੋ ਮਗਰ ਜੋ ਅਗਲੀ ਖਬਰ ਆ ਰਹੀ ਹੈ ਲਾਕਡਾਊਨ ਚਾਰ ਖਤਮ ਹੋਣ ਤੋਂ ਪਹਿਲਾਂ ਮੋਦੀ ਮਿਲੇ ਸ਼ਾਹ ਕਿਹਾ ਜ਼ਿਆਦਾਤਰ ਮੁੱਖ ਮੰਤਰੀ ਲਾਕਡਾਊਨ ਵਧਾਉਣ ਦੇ ਹੱਕ 'ਚ ਦੇ 31 ਮਈ ਦੇ ਬਾਅਦ ਲਾਕਡਾਊਨ ਜਾਰੀ ਰੱਖਣ ਦੇ ਮੱਦੇ ਤੇ ਸੂਬਿਆਂ ਦੇ ਮੁੱਖ ਮੰਤਰੀ ਨਾਲ ਹੋਈ ਚਰਚਾ ਦੇ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਣੀ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਇਸ ਮੁਲਾਕਾਤ ਚ ਗ੍ਰਹਿ ਮੰਤਰੀ ਨੇ ਮੁੱਖ ਮੰਤਰੀਆਂ ਦੇ ਵਿਚਾਰਾਂ ਤੇ ਸੁਝਾਵਾਂ ਤੋਂ ਪ੍ਰਧਾਨ ਮੰਤਰੀ ਨੂੰ ਜਾਣੂ ਕਰਾਇਆ ਸਮਝਾਇਆ ਜਾ ਰਿਹਾ ਹੈ ਕਿ ਇੱਕ ਦੋ ਦਿਨਾਂ ਚ ਅਗਲੇ ਪੜਾਅ ਬਾਰੇ ਵੱਡਾ ਐਲਾਨ ਕੀਤਾ ਜਾ ਸਕਦਾ ਹੈ ਉਸ ਤੋਂ ਮਗਰੋਂ ਜੋ ਖਬਰ ਆ ਰਹੀ ਮੋਦੀ ਸਰਕਾਰ ਦਾ ਇੱਕ ਸਰ ਪੂਰਾ ਪ੍ਰਧਾਨ ਮੰਤਰੀ ਨੇ ਗਿਣਵਾਈਆਂ ਪ੍ਰਾਪਤੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾ 370 ਨੂੰ ਖਤਮ ਕਰਨਾ ਰਾਮ ਮੰਦਰ ਮੁੱਦੇ ਦੇ ਹੱਲ ਇੱਕ ਵਾਰ ਤਿੰਨ ਤਲਾਕ ਨੂੰ ਅਪਰਾਧੀ ਸ਼੍ਰੇਣੀ ਵਿੱਚ ਲਿਆਉਣਾ ਅਤੇ ਨਾਗਰਿਕਾ ਸੂਧ ਕਾਨੂੰਨ ਨੂੰ ਆਪਣੀ ਸਰਕਾਰ ਦੇ ਦੂਜੇ ਕਾਰਜ ਕੱਲ੍ਹ ਚ ਪਹਿਲੇ ਸਾਲ ਦੀਆਂ ਪ੍ਰਮੁੱਖ ਪ੍ਰਾਪਤੀਆਂ ਦੇ ਰੂਪ ਵਿੱਚ ਅੱਗੇ ਰਵਾਈਆਂ ਉਹਨਾਂ ਨੇ ਕਿਹਾ ਕਿ ਇਹ ਜਿਹੇ ਫੈਸਲੇ ਨੇ ਭਾਰਤ ਦੀ ਵਿਕਾਸ ਯਾਤਰਾ ਨੂੰ ਨਵੀਂ ਰਫ਼ਤਾਰ ਨਵੇਂ ਟੀਂਚੇ ਦਿੱਤੇ ਹਨ ਇਹ ਤਾਂ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕੀਤਾ ਤੇ ਪ੍ਰਧਾਨ ਮੰਤਰੀ ਨੇ ਰੂਪ ਵਿੱਚ ਆਪਣੇ ਦੂਜੇ ਕਾਰਜ ਕੱਲ ਦੀ ਪਹਿਲੀ ਵਰੇ ਗੰਢ ਮੌਕੇ ਦੇਸ਼ ਵਾਸੀਆਂ ਦੇ ਨਾਮ ਖੁੱਲੀ ਚਿੱਠੀ ਵਿੱਚ ਮੋਦੀ ਨੇ ਕਿਹਾ ਕਿ 2019 ਵਿੱਚ ਦੇ ਜਨਤਾ ਨੇ ਸਿਰਫ ਸਰਕਾਰ ਨੂੰ ਜਾਰੀ ਰੱਖਣ ਲਈ ਵੋਟਾਂ ਨਹੀਂ ਪਈਆਂ ਸਗੋਂ ਕਿ ਜਨਾਦ ਦੇਸ਼ ਦੇ ਦੇਸ਼ ਦੇ ਵੱਡੇ ਸੁਪਨਿਆਂ ਆਸਾਂ ਤੇ ਉਮੀਦਾਂ ਦੀ ਪੂਰਤੀ ਲਈ ਸੀ ਤੋਸਤੋਂ ਮਗਰ ਜੋ ਅਗਲੀ ਖਬਰ ਆ ਰਹੀ ਆ ਹੁਣ ਮੁਲਾਜ਼ਮਾਂ ਨੂੰ ਜੇਲ੍ਹ ਭੇਜਣ ਤੋਂ ਪਹਿਲਾਂ ਹੋਵੇਗਾ ਕਰੋਨਾ ਟੈਸਟ ਆਪਣੇ ਪੁਲਿਸ ਮੁਲਾਜ਼ਮਾਂ ਨੂੰ ਕਰੋਨਾ ਤੋਂ ਬਚਾਉਣ ਲਈ ਮਹਾਲੀ ਪੁਲਿਸ ਵਿਭਾਗਮੇ ਵੱਲੋਂ ਇੱਕ ਨਵੀਂ ਪੈਲ ਦੀ ਸ਼ੁਰੂਆਤ ਕੀਤੀ ਗਈ ਇਸ ਦੇ ਚੱਲਦੇ ਹੁਣ ਪੁਲਿਸ ਵੱਲੋਂ ਜੋ ਵੀ ਮੁਲਾਜ਼ਮ ਫੜੇ ਜਾਣਗੇ ਉਹਨਾਂ ਸਾਰਿਆਂ ਨੂੰ ਜੇਲ੍ਹ ਚ ਭੇਜਣ ਤੋਂ ਪਹਿਲਾਂ ਉਹਨਾਂ ਦਾ ਕਰੋਨਾ ਟੈਸਟ ਕੀਤਾ ਜਾਵੇਗਾ ਇਸ ਸਾਰੀ ਪ੍ਰਕਿਰਿਆ ਉਸੇ ਦਰਨ ਹੋਵੇਗੀ ਜਦੋਂ ਮੁਲਾਜ਼ਮਾਂ ਨੂੰ ਜੇਲ੍ਹ ਭੇਜਣ ਤੋਂ ਪਹਿਲਾਂ ਮੈਡੀਕਲ ਕਰਵਾਇਆ ਜਾਂਦਾ ਹੈ ਉਸ ਤੋਂ ਮਗਰੋਂ ਜੋ ਕੋਰੋਨਾ ਨੂੰ ਫੈਲਣ ਤੋਂ ਰੋਕਾਂ ਲਈ ਕਰੇਲੂ ਉਡਾਨਾਂ ਦੀ ਗਿਣਤੀ ਘਟਾਉਣ ਦੀ ਲੋੜ ਹੈ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸੂਬੇ 'ਚ ਕੋਵਿਡ-19 ਦੇ ਫੈਲਾਉਣ ਨੂੰ ਰੋਕਣ ਲਈ ਖਾਸ ਕਰਕੇ ਮੁੰਬਈ ਅਤੇ ਅਹਮਦਾਬਾਦ ਤੋਂ ਕਰੇਲੂ ਉਡਾਨਾਂ ਦੀ ਗਿਣਤੀ ਘਟਾਉਣ ਦੀ ਲੋੜ ਹੈ ਕਿਉਂਕਿ ਇੱਥੇ ਵੱਡੇ ਗਿਣਤੀ 'ਚ ਕੋਵਿਡ-19 ਦੇ ਮਾਮਲੇ ਸਾਹਮਣੇ ਆਉਂਦੇ ਹਨ ਉਹਨਾਂ ਨੇ ਕਿਹਾ ਕਿ ਪੰਜਾਬ 'ਚ ਲੈ ਪੰਜਾਬ ਚ ਲਏ ਗਏ 72000 ਨਮੂਨਿਆਂ ਚ ਸਿਰਫ 2.8% ਦੀ ਪੋਜ਼ਿਟਿਵ ਮਾਮਲੇ ਸਾਹਮਣੇ ਆਏ ਹਨ ਤੇ ਸਿਹਤ ਵਿਭਾਗ ਦੀ ਸਰੀਮਿਆ ਮੀਟਿੰਗ ਦੀ ਪ੍ਰਧਾਨਗੀ ਕਰਦੇ ਸਿੱਧੂ ਨੇ ਕਿਹਾ ਕਿ ਪੰਜਾਬ ਚ ਰਿਪੋਰਟ ਕੀਤੇ ਗਏ ਜ਼ਿਆਦਾਤਰ ਮਾਮਲੇ ਦੂਜੇ ਸੂਬਿਆਂ ਤੇ ਦੇਸ਼ਾਂ ਚ ਟਰੈਵਲ ਹਿਸਟਰੀ ਨਾਲ ਸੰਬੰਧਿਤ ਹਨ ਤਾਂ ਉਸ ਤੋਂ ਮਗਰੋਂ ਜੋ ਖਬਰ ਆ ਰਹੀ ਹੈ ਨਿਊਜ਼ੀਲੈਂਡ ਦੇ ਕਰੋਨਾ ਇਨਫੈਕਟਡ ਮਰੀਜ਼ ਨੂੰ ਦਿੱਤੀ ਹਸਪਤਾਲ ਚ ਛੁੱਟੀ ਪੀਐਮ ਦੀ ਹੋ ਰਹੀ ਹੈ ਤਾਰੀਫ ਇਹ ਖਬਰ ਆ ਰਹੀ ਜੀ ਆਕਲੈਂਡ ਤੋਂ ਚੀਨ ਦੇ ਵਹਾਣ ਚਾਰ ਤੋਂ ਫੈਲੀ ਕਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਘਰਾਂ ਵਿੱਚ ਕੈਦ ਵਾਲੀ ਮਜਬੂਰ ਕਰ ਦਿੱਤਾ ਹੈ ਪੂਰੀ ਦੁਨੀਆ ਕੋਵਿਡ-19 ਦੇ ਵਾਧੇ ਮਾਮਲੇ ਸੰਬੰਧੀ ਹੈਰਾਨ ਹੈ ਇਸ ਦਰਾਂ ਨਿਊਜ਼ੀਲੈਂਡ ਤੋਂ ਚੰਗੀ ਖਬਰ ਹੈ ਨਿਊਜ਼ੀਲੈਂਡ ਨੇ ਇਸ ਲੜਾਈ 'ਚ ਜਿੱਤ ਹਾਸਲ ਕਰ ਲਈ ਹੈ ਕਿਉਂਕਿ ਦੇਸ਼ ਦੇ ਬੁੱਧਵਾਰ ਨੂੰ ਆਕਲੈਂਡ ਦੇ ਮਿਡਲ ਕਮੋਰ ਹਸਪਤਾਲ 'ਚੋਂ ਆਖਰੀ ਮਰੀਜ਼ ਨੂੰ ਕਰੋਨਾ ਇਫੈਕਟ ਮਰੀਜ਼ ਨੂੰ ਛੁੱਟੀ ਦੇ ਦਿੱਤੀ ਹੈ ਤਾਂ ਉਸ ਤੋਂ ਮਗਰੋਂ ਖਬਰ ਆ ਰਹੀ ਆ ਅਮਰੀਕਾ ਨੇ ਸੁਰੱਖਿਆ ਲਿਹਾਜ਼ ਦੇ ਨਾਲ ਚੀਨੀ ਨਾਗਰਿਕਾਂ ਨੂੰ ਐਂਟਰੀ ਕੀਤੀ ਬੰਦ ਹਾਂਗਕਾਂਗ ਨੂੰ ਦੇਵੇਗਾ ਛੋਟਾ ਇੱਕ ਖਬਰ ਆ ਰਹੀ ਹੈ ਜੀ ਸੰਗਠਨ ਤੋਂ ਦੁਨੀਆ ਭਰ ਵਿੱਚ ਫੈਲੀ ਕਰੋਨਾ ਮਹਾਮਾਰੀ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਮੋੜ ਚੀਨ ਅਤੇ WHO ਨੂੰ ਕਟਹਿਰ ਕਟਹਿਰ ਦੇ ਵਿੱਚ ਖੜਾ ਕੀਤਾ ਹੈ ਅਮਰੀਕਾ ਪਹਿਲਾਂ ਹੀ WHO ਦੀ ਫੀਡਿੰਗ ਰੋਕ ਚੁੱਕਾ ਹੈ ਹੁਣ ਟਰੰਪ ਨੇ ਵਿਸ਼ਵ ਸਿਹਤ ਸੰਗਠਨ ਦੇ ਨਾਲ ਸਾਰੇ ਰਿਸ਼ਤੇ ਖਤਮ ਕਰਨ ਦੀ ਗੱਲ ਕਹੀ ਹੈ ਉਹਨਾਂ ਨੇ ਕਿਹਾ ਕਿ ਅਸੀਂ WHO ਦੇ ਕੋਟੇ ਦਾ ਫੰਡ ਸਿਹਤ ਖੇਤਰ ਵਿੱਚ ਕੰਮ ਕਰਨ ਵਾਲੀ ਕਿਸੇ ਵੀ ਦੂਜੀ ਸਸਤਾਵਾਂ ਨੂੰ ਦੇ ਦੇਵਾਂਗੇ ਅਮਰੀਕੀ ਰਾਸ਼ਟਰਪਤੀ ਨੇ ਹਾਂਗਕਾਂਗ ਦੇ ਮੁੱਦੇ ਤੇ ਚੀਨ ਨੂੰ ਕੈਰਨ ਦੀ ਕੋਸ਼ਿਸ਼ ਕੀਤੀ 트럼ਪ ਨੇ ਕਿਹਾ ਕਿ ਵਿਸ਼ਵ ਖੇਤ ਸੰਗਠਨ ਤੇ ਚੀਨ ਦਾ ਪੂਰਾ ਕੰਟਰੋਲ ਹੈ ਜਦਕਿ ਚੀਨ ਉਸ ਨੂੰ 4 ਕਰੋੜ ਡਾਲਰ ਦਿੰਦਾ ਹੈ ਤਾਂ ਅਮਰੀਕਾ ਇੱਕ ਸਾਲ ਵਿੱਚ 45 ਕਰੋੜ ਡਾਲਰ ਦੀ ਮਦਦ W H O ਨੂੰ ਦਿੰਦਾ ਹੈ ਉਸ ਤੋਂ ਮਗਰੋਂ ਖਬਰ ਆਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਸੰਗਠਿਤ ਕੇਂਦਰ ਹੱਥ ਦੇਣ ਦੀ ਤਿਆਰੀ ਮਾਣ ਇੱਕ ਖਬਰ ਆ ਰਹੀ ਚੰਡੀਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਸੂਬਾ ਪਰਦਾਣਾ ਤੇ ਸੰਸਦ ਮੈਂਬਰ ਭਗਵੰਤ ਮਾਨ ਤੇ ਹੋਰ ਆਗੂਆਂ ਨੇ ਕਿਸਾਨਾਂ ਦੀ ਬਿਜਲੀ ਸਬਸਿਡੀ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਪਾਉਣ ਲਈ ਤੇ ਹੋਰ ਮੰਤਵਾਂ ਲਈ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਇਲੈਕਟ੍ਰਿਸਿਟੀ ਐਕਟ ਦੇ ਵਿਰੋਧਾ ਹੁੱਕਾ ਦਿੰਦਿਆਂ ਕੈਪਟਨ ਸਰਕਾਰ ਨੂੰ 5 ਜੂਨ ਤੋਂ ਪਹਿਲਾਂ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦੀ ਮੰਗ ਕੀਤੀ ਹੈ ਆਪ ਆਗੂਆਂ ਨੇ ਇੱਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਐਸ ਐਕਟ ਲਈ ਸੂਬਿਆਂ ਤੋਂ ਸੁਝਾਅ ਮੰਗੇ ਹਨ ਤੇ ਬੀਤੇ ਦਿਨੀ ਪੰਜਾਬ ਕੈਬਨਿਟ ਵਿੱਚ ਇਹ ਮੁੱਦਾ ਵਿਚਾਰਦਿਆ ਜਾ ਚੁੱਕਾ ਹੈ। ਇਹ ਲਹਾਜਾ ਐਸ ਕਿਸਾਨ ਵਿਰੋਧੀ ਅਖਰ ਦਾ ਪੂਰਾ ਜ਼ੋਰ ਵਿਰੋਧ ਕਰਨ ਲਈ ਵਿਸ਼ੇਸ਼ ਇਲਜ਼ਾਮ ਬੁਲਾਇਆ ਜਾਵੇ। ਆਪਾ ਗੁਣ ਕਿਹਾ ਕਿ ਆਮ ਆਦਮੀ ਪਾਰਟੀ ਸ਼ਰਕਤ ਤੋਂ ਲੈ ਕੇ ਸੰਸਦ ਤੱਕ ਜਿੱਥੇ ਵੀ ਲੋੜ ਪਈ ਐ ਸੈਕਟ ਦਾ ਵਿਰੋਧ ਕਰੇਗੀ ਤਾਂ ਉਸ ਤੋਂ ਮਗਰੋਂ ਖਬਰ ਆ ਰਹੀ ਆ ਦੁਨੀਆ 'ਚ ਕਰੋਨਾ ਮਰੀਜ਼ਾਂ ਦਾ ਆਂਕੜਾ 60 ਲੱਖ ਦੇ ਕਰੀਬ ਪੁੱਜਿਆ 3.45 ਲੱਖ ਮੌਤਾਂ ਇੱਕ ਖਬਰ ਆ ਰਹੀ ਹੈ ਜੀ ਅਮਰੀਕਾ ਵਿੱਚ ਪਿਛਲੇ 24 ਘੰਟਿਆਂ ਦੌਰਾਨ 1225 ਮੌਤਾਂ ਹੋ ਗਈਆਂ ਹਨ ਦੁਨੀਆ ਕੌਮੀ ਤਰੀ ਮਹਾਂਮਾਰੀ ਕਰੋਨਾ ਦੇ ਕੈਰ ਨਾਲ ਲਗਾਤਾਰ ਜੂਝ ਰਹੀ ਹੈ ਤੇ ਵਰਡ ਡੋਮੀਟਰ ਮੁਤਾਬਕ ਦੁਨੀਆ ਵਿੱਚ ਇਸ ਵਰਸ ਨਾਲ ਮਰਨ ਵਾਲਿਆਂ ਦੀ ਗਿਣਤੀ 3 ਲੱਖ 40 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ ਜਦ ਕਿ ਕਰੋਨਾ ਪੀੜਤ ਮਰਨ ਦੀ ਗਿਣਤੀ 60 ਲੱਖ ਦੇ ਕਰੀਬ ਹੋ ਗਈ ਹੈ ਦੋਸਤੋ ਮਗਰ ਸੂਬੇ ਵਿੱਚ ਕਰੋਨਾ ਨਾਲ ਹੋਈ ਤਿਆਰਮੀ ਮੌਤ ਲੁਧਿਆਣਾ ਦੇ ਮਰੀਜ਼ ਨੇ ਦਇਆਨੰਦ ਹਸਪਤਾਲ ਚਲੇ ਆਖਰੀ ਸਾਹ कोरोना वायरस ਨਾਲ ਹੋਣ ਵਾਲੀ ਮੌਤਾਂ ਦਾ سلسلہ ਨਹੀਂ ਰੁਕ ਰਿਹਾ ਅੱਜ ਜ਼ਿਲ੍ਹਾ ਲੁਧਿਆਣਾ ਵਿਖੇ ਕੋਰੋਨਾ ਨਾਲ 8ਵੀਂ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ 51 ਸਾਲਾ ਦੇ ਰੂਪ ਵਿੱਚ ਹੋਈ ਉਹ ਸ਼ੌਣੀ ਦਾ ਰਹਿਣ ਵਾਲੇ ਸੀ ਉਹ ਕਾਫੀ ਦਿਨਾਂ ਤੋਂ ਦੇਨੰਦ ਹਸਪਤਾਲ ਵਿੱਚ ਦਾਖਲ ਸੀ ਅੱਜ ਸਵੇਰੇ ਉਸ ਦੀ ਤਬੀਤ ਜਿਆਦਾ ਖਰਾਬ ਹੋ ਗਈ ਉਸ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਸੀ ਤੇ ਅੱਜ ਲਗਭਗ ਸਵੇਰੇ 7:30 ਵਜੇ ਉਸ ਦੀ ਮੌਤ ਹੋ ਗਈ ਤਾਂ ਉਸ ਤੋਂ ਮਗਰ ਅਗਲੀ ਵੱਡੀ ਖਬਰ ਆ ਰਹੀ ਆ ਇਹ ਸਾਂਜੀ ਆਪਣੀ ਅੱਜ ਦੀਆਂ ਵੱਡੀਆਂ ਖਬਰਾਂ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਨਾਲ ਹੀ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਆ ਤਾਂ ਸਬੰਧਤ ਆਪਣੇ ਕੀਮਤੀ ਵਿਚਾਰ ਕਮੈਂਟਾਂ ਵਿੱਚ ਜਰੂਰ ਦੱਸਣਾ ਧੰਨਵਾਦ